What's up? Good morning to all of you from Mandi. Today this vlog was supposed to be dead me at Expo, but yeah, sudden change in plan. And yesterday night we were traveling, so it was night, so not much to vlog, and it was more of traveling, so I thought I shouldn't vlog. And you know, best part, what happened about this journey? We were supposed to go to Mandi. We are in Mandi, but there is one another Mandi, and we were supposed to go over there, and we are here. Let's just leave it and spend the night, and today we will proceed to the further journey, and let's see what's next. We are staying in some gurdwara. I will show you, and look at this fog. I mean, this looks so cinematic. So, ਤਿਆਰ ਹੋ ਗਏ ਹਾਂ ਅਤੇ ਹੁਣ ਆਪਾਂ ਚੱਲਦੇ ਹਾਂ ਉੱਪਰ ਗੁਰਦੁਆਰਾ ਬਹੁਤ ਘੈਂਟ ਬਣਿਆ ਹੈ ਐਂਡ ਬਾਏ ਦਾ ਵੇ ਜੇ ਤੁਸੀਂ ਸੋਚ ਰਹੇ ਮਾਂਡੀ ਕਿੱਥੇ ਤਾਂ ਇਟ ਇਜ਼ ਇਨ ਹਰਿਆਣਾ ਲੁੱਕ ਐਟ ਦ ਕਾਰ ਇਟਸ ਆਲ ਕਵਰਡ ਇਨ ਫੋਗ ਆਈ ਐਮ ਐਕਸਪੈਰੀਮੈਂਟਿੰਗ ਹਾਊ ਟੂ ਰਿਮੂਵ ਦਿਸ ਫੋਗ ਵਿਦਆਊਟ ਐਨੀ ਕਲੋਥ ਲੈਟ ਸੀ ਇਫ ਇਟ ਵਰਕਸ ਸੋ ਵਾਟਸ ਅਪ ਐਂਡ ਵੀ ਆਰ ਇਨ ਸਮ ਮਿਡਵੇ ਆਈ ਡੋਂਟ ਨੋ ਵੇਅਰ ਆਰ ਵੀ ਬਟ People said that we are actually 100 or more kilometers away from where we were supposed to go. And I am low on energy because kuch karan nu hai nahi te main bore ho raha baitha baitha. Is main thoda sleepy ya ba bas aur kuch nahi hai pata nu update denne jo apne ch energy ji aayi thodi aur kuch don't know where we are going. ਪਤਾ ਨਹੀਂ ਕੀ ਕਰੀ ਜਾਂਦੇ ਬਟ ਲੋਕੇਸ਼ਨ ਕਹਿਣਾ ਹੁਣ ਜਿੱਥੇ ਬ੍ਰੇਕ ਜਿਹਾ ਲਿਆ ਵਾ ਸਰਸਵਤੀ ਦੁਆਰ ਪੇਹੋਵਾ ਕੁਰੂਕਸ਼ੇਤਰ ਥਿੰਕ ਸਮ ਫਰੂਟਸ ਟੂ ਇਟ ਬਿਕੋਜ਼ ਬਹੁਤ ਭੁੱਖ ਲੱਗੀ ਹੈ ਅਤੇ ਫਿਰ ਆਪਾਂ ਚੱਲਦੇ ਹਾਂ ਆਈ ਥਿੰਕ ਬਹੁਤ ਮੰਡੀਆਂ ਚਲੋ ਨਾ ਅਸੀਂ ਜਿਹੜੀ ਪਲੇਸ ਜਾਣਾ ਮਾਂਡੀ ਅਤੇ ਤੁਹਾਨੂੰ ਪਹਿਲਾਂ ਕਿਹਾ ਸੀ ਦੋ ਮੰਡੀਆਂ ਨੇ ਤੀਜੀ 'ਤੇ ਵੀ ਅਸੀਂ ਜਾਇਆ ਹੁਣ ਚੌਕੀ 'ਤੇ ਚੱਲੇ ਹਾਂ ਆਈ ਡੋਂਟ ਕਿੰਨੀਆਂ ਮੰਡੀਆਂ ਨੇ ਉਰੇ ਸਾਡਾ ਚੌਥੀ ਮਾਂਡੀ 'ਤੇ ਚੱਲੇ ਹਾਂ ਹੁਣ ਅਸੀਂ ਆਲਮੋਸਟ 150 ਕਿਲੋਮੀਟਰ ਡਰਾਈਵ ਹੋ ਚੁੱਕੀ ਹੈ ਜਸਟ ਲੁੱਕ ਓਵਰ ਹਾਊ ਬਿਊਟੀਫੁਲ ਇਜ਼ ਇਟ ਹਾਊ ਮੈਗਨੀਫੀਸ਼ੈਂਟ ਇਟ ਇਜ਼ ਦਿਸ ਇਜ਼ ਗੁਰਦੁਆਰਾ ਬਾਉਲੀ ਸਾਹਿਬ ਪੇਹੋਵਾ ਐਕਚੁਲੀ ਦੇ ਆਰ ਵੀ ਵਰ ਸਪੋਜ਼ ਟੂ ਗੋ ਪਹੁੰਚ ਗਏ ਫਾਈਨਲੀ ਬਟ ਕੰਮ ਨਹੀਂ ਹੋਇਆ ਦੁਬਾਰਾ ਆਉਣਾ ਪਊ ਐਂਡ ਆ ਟ੍ਰੀ ਦੇਖੋ ਬਹੁਤ ਘੈਂਟ ਆ ਐਂਡ ਕਲੋਜ਼ ਲੁੱਕ ਔਨ ਦਿਸ ਥਿੰਗ ਐਂਡ ਇਟਸ ਲੁੱਕ ਸੋ ਡੋਪ ਐਂਡ ਹੇਅਰ ਆਈ ਐਮ ਐਟ ਕਪਾਲ ਮੋਚਨ ਆਈ ਥਿੰਕ ਦਿਸ ਇਜ਼ ਦਾ ਰਾਈਟ ਨੇਮ ਅਤੇ ਇੱਥੇ ਮਤਲਬ ਇਤਿਹਾਸ ਨੂੰ ਨੈੱਟ 'ਤੇ ਸਰਚ ਕਰ ਲਓ ਸਭ ਕੁਛ ਮੈਂ ਥੋੜ੍ਹਾ ਦੱਸਣਾ ਸੋ ਦਿਸ ਇਜ਼ ਕਪਾਲ ਮੋਚਨ ਆਪਾਂ ਤੁਹਾਨੂੰ ਦਿਖਾ ਦਿੰਦੇ ਇੱਕ ਕਲੋਜ਼ਰ ਵਿਊ ਮੇਰਾ ਪਰਨਾ ਸੁੱਕ ਰਿਹਾ ਹੈਗਾ ਬਿਕੋਜ਼ ਮੈਂ ਇਸ਼ਨਾਨ ਕੀਤਾ ਅਜੇ ਉਹ ਗਿੱਲਾ ਹੋ ਗਿਆ ਪੂਰਾ ਠੰਡਾ ਠੰਡਾ ਬੰਨ ਨਹੀਂ ਨਾ ਸਾਡਾ ਬੁਖਾਰ ਹੋ ਜਾਏਗਾ ਠੰਡੀ ਠੰਡੀ ਹਵਾ ਚੱਲ ਰਹੀ ਹੈ ਸੋ ਆਹ ਦੇਖੋ
ਇਹ ਵੈਸੇ ਇੰਨਾ ਡੂੰਘਾ ਨਹੀਂ ਹੈਗਾ, ਪਰ ਸਾਫ਼ ਸਫਾਈ ਵੀ ਨਹੀਂ ਕੀਤੀ ਹੋਈ। ਪਰ ਜਿਹੜਾ ਆਹ ਵਾਲਾ ਪਾਰਟ ਹੈ, ਆਹ ਵਾਲਾ ਕਿੱਦਾਂ ਦਾ ਸਮਝ ਨਹੀਂ ਆ ਰਿਹਾ, ਆਹ ਵਾਲਾ ਪਾਰਟ ਹੈ ਇਹ ਜ਼ਿਆਦਾ ਡੂੰਘਾ, ਇੱਥੇ ਵਾਰਨਿੰਗ ਲਿਖੀ ਹੋਈ ਆ ਅਤੇ ਉਹ ਸਪੈਸ਼ਲੀ ਗਾਰਡਡ ਆ। ਓਕੇ, ਅਤੇ ਇੱਧਰ ਸਾਹਮਣੇ ਗੁਰਦੁਆਰਾ ਸਾਹਿਬ ਆ, ਉੱਥੇ ਵੀ ਚੱਲਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ। ਹੁਣ ਆਪਾਂ ਚੱਲੇ ਸਾਹਮਣੇ ਗੁਰਦੁਆਰੇ 'ਚ, ਫਿਰ ਦੇਖ। ਐਂਡ ਸਾਰੀਆਂ ਦਿਖ ਰਹੀਆਂ ਤੁਹਾਨੂੰ ਛੋਟੀਆਂ ਛੋਟੀਆਂ, ਬਹੁਤ ਸਾਰੀਆਂ, ਬਹੁਤ ਘੈਂਟ ਲੱਗ ਰਹੀਆਂ ਨੇ। ਅਤੇ ਇੱਥੇ ਤਾਂ ਕੁਝ ਜ਼ਿਆਦਾ, ਇਸ ਇਹ ਇਨਕੀ ਬੋਸ ਹੈ ਜੇ ਸੈਂਟਰ ਵਾਲੀ, ਸਭ ਤੋਂ ਉੱਪਰ ਬੈਠੀ ਹੈ। ਦਿਸ ਇਜ਼ ਸੂਰਜ ਕੁੰਡ, ਜੇ ਇੱਥੇ ਆ ਰਹੇ ਨਾ ਐਕਚੁਅਲੀ ਤਾਂ ਤਿੰਨ ਉਹ ਨੇ ਕੁੰਡ। ਲਾਈਕ ਮੈਂ ਬਸ ਇਹੀ ਦੱਸਣ ਲਈ ਇਸ ਟਾਈਮ ਵੀਡੀਓ ਸਟਾਰਟ ਕੀਤੀ ਹੈ ਵੀ ਜੇ ਤੁਸੀਂ ਵੀ ਮਤਲਬ ਇੱਥੇ ਆ ਰਹੇ ਹੋ ਕਪਾਲ ਮੋਚਨ, ਤਾਂ ਫਿਰ ਇੱਥੇ ਮਤਲਬ ਇੱਕ ਨਹੀਂ ਸਰੋਵਰ ਹੈਗਾ, ਤਿੰਨ ਸਰੋਵਰ ਆ, ਕਪਾਲ ਮੋਚਨ, ਰਣ ਮੋਚਨ ਅਤੇ ਸੂਰਜ ਕੁੰਡ। ਠੀਕ ਆ, ਮੈਨੂੰ ਸੀਗਾ ਇੱਕ ਹੀ ਆ, ਪਰ ਨਹੀਂ, ਸਾਨੂੰ ਹੁਣੇ ਪਤਾ ਲੱਗਾ ਵੀ ਤਿੰਨ ਨੇ, ਤਿੰਨਾਂ 'ਤੇ ਜਾ ਜਾਂਦਾ। ਅਤੇ ਦੇਖਦੇ ਹਾਂ ਅੱਗੇ ਕੀ ਕਰਨਾ। ਸਕਾਈ ਅੱਜ ਬਹੁਤ ਘੈਂਟ ਲੱਗ ਰਿਹਾ, ਟਾਈਮ ਲੈਪਸ ਲੈਣ ਲਈ ਟ੍ਰਾਈਪੋਡ ਹੈ ਨਹੀਂ। ਵੈਰੀ ਬਿਗ ਟ੍ਰੀ ਕੱਟਡ ਆਫ, ਪਤਾ ਯਾਰ ਕਿੱਦਾਂ ਪੱਟਿਆ, ਕਿੱਦਾਂ ਹੋਣਾ ਇਹਨੂੰ, ਇੱਦਾਂ ਕਿੱਦਾਂ ਕੱਟਤਾ ਵਿਚਾਰਾ। ਐਂਡ ਆ ਗੁਰਦੁਆਰਾ, ਐਂਡ ਯਾ ਜੇ ਮੈਂ ਮਤਲਬ ਨਾ ਹਰੇਕ ਮਤਲਬ ਜੇ ਤੁਸੀਂ ਕਹਿ ਰਹੇ ਹੋ ਬ੍ਰੋ ਤੇਰੇ ਦੋ ਵਲੌਗਸ 'ਚ ਪੱਗ ਸੇਮ ਸੀ, ਦੋ 'ਚ ਸ਼ਰਟ ਸੇਮ ਆ ਰਹੀ ਆ, ਯਾਰ ਇਹਦਾ ਮਤਲਬ ਇਹ ਥੋੜ੍ਹਾ ਵੀ ਮੈਂ ਨਹਾਉਂਦਾ ਨਹੀਂ, ਮੈਂ ਕੱਪੜੇ ਨਹੀਂ ਚੇਂਜ ਕਰਦਾ। ਨਹੀਂ ਮਤਲਬ ਮਜ਼ਾਕ ਵਾਲੀ ਗੱਲ ਨਹੀਂ, ਮਤਲਬ ਇਹੀ ਮਤਲਬ ਥੋੜ੍ਹਾ ਜਿਹਾ ਯਾਰ, ਮੈਂ ਇੱਕ ਇੱਕ ਦੋ ਦੋ ਦਿਨ ਦੇ ਗੈਪ 'ਤੇ ਸ਼ੂਟ ਕਰਦਾ ਅਤੇ ਕਈ ਵਾਰ ਕੱਪੜੇ ਰਿਪੀਟ ਹੋ ਜਾਂਦੇ ਨੇ, ਵੈਸੇ ਕੋਈ ਦੱਸਣ ਵਾਲੀ ਗੱਲ ਨਹੀਂ ਸੀ। ਪਰ ਚਲੋ ਕੋਈ ਨਹੀਂ, ਫਿਰ ਵੀ ਯਾਰ ਇੰਨਾ ਵਾਈਡ ਐਂਗਲ ਹੈ, ਪਰ ਮੈਂ ਇੱਦਾਂ ਕਿਉਂ ਯੂਜ਼ ਕਰਦਾ ਵਾਂ ਮੈਨੂੰ ਪਤਾ ਨਹੀਂ। ਇੰਪੋਰਟੈਂਟ ਚੀਜ਼, ਮੈਨੂੰ ਗੱਡੀ ਲੱਭ ਗਈ, ਮੈਂ ਕਿੱਥੇ ਪਾਰਕ ਕੀਤੀ ਆ ਮੈਂ ਭੁੱਲ ਗਿਆ ਸੀਗਾ ਮੈਨੂੰ। ਐਂਡ ਵੈਦਰ ਵੀ ਬਹੁਤ ਵਧੀਆ, ਮਤਲਬ ਸਵੇਰੇ ਸਵੇਰੇ ਬਹੁਤ ਠੰਡ ਸੀਗੀ, ਧੁੰਦ ਦਿਖਾਇਆ ਨਾ, ਧੁੰਦ ਧੰਦ ਬਹੁਤ ਸੀਗੀ, ਬਟ ਉਦੋਂ 13 degrees ਸੀਗਾ ਅਤੇ ਬਹੁਤ ਜ਼ਿਆਦਾ ਠੰਡ ਲੱਗ ਰਹੀ ਸੀ, ਅਤੇ ਹੁਣ ਆਉਣ ਲੱਗੇ 21 degrees ਸੀਗਾ ਆਈ ਥਿੰਕ, ਅਤੇ ਉਦੋਂ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀਗੀ, ਮਤਲਬ ਟੈਂਪਰੇਚਰ ਆਈ ਥਿੰਕ ਥੋੜ੍ਹਾ ਘੱਟ ਹੀ ਸੀਗਾ, ਅਤੇ ਉਸ ਹਿਸਾਬ ਨਾਲ ਡਿਫਰੈਂਸ ਬਹੁਤ ਜ਼ਿਆਦਾ ਸੀ। ਚਲੋ ਹੁਣ ਵੀ ਠੰਡੀ ਠੰਡੀ ਹਵਾ ਚੱਲ ਰਹੀ ਆ, ਜਾਂ ਫਿਰ ਸ਼ਾਇਦ ਠੰਡੇ ਠੰਡੇ ਪਾਣੀ 'ਚੋਂ ਨਿਕਲਿਆ ਤਾਂ ਕਰਕੇ ਲੱਗ ਰਿਹਾ। ਫਸਟ ਆਫ ਆਲ ਡੋਂਟ ਜੱਜ ਮੀ ਔਨ ਦਾ ਬੇਸਿਸ ਆਫ ਮਾਈ ਟਰਬਨ, ਬਿਕੋਜ ਇੱਥੇ ਮਿਰਰ ਨਹੀਂ ਸੀਗਾ। ਐਂਡ ਸੈਕਿੰਡ, ਡੂ ਯੂ ਨੋ ਦਾ ਰੂਲ ਆਫ ਥਰਡਸ ਔਰ ਦਾ ਪਰਸਪੈਕਟਿਵ ਰੂਲ? ਜੇ ਨਹੀਂ ਪਤਾ ਫਿਰ ਮੇਰੀ ਇੰਸਟਾਗ੍ਰਾਮ 'ਤੇ ਫੋਟੋਜ਼ ਦੇਖੋ ਜਿਹੜੀ ਮੈਂ ਹੁਣੇ ਖਿੱਚੀਆਂ ਨੇ। ਸਿਕਲੀ ਜੇ ਇੱਥੇ ਮੇਰੇ ਕੋਲ ਟ੍ਰਾਈਪੋਡ ਹੁੰਦਾ ਨਾ, ਮੈਂ ਇੱਥੇ ਜ਼ਰੂਰ ਵੇਟ ਕਰਕੇ ਟਾਈਮ ਲੈਪਸ ਲੈਂਦਾ। ਸੋ ਜਸਟ ਰੀਚਡ ਹੋਮ, ਇਟਸ ਲਾਈਕ 10:30 ਅਤੇ ਗੱਡੀ 'ਚੋਂ ਸਮਾਨ ਕੱਢ ਰਿਹਾ ਵਾ। ਠੀਕ ਆ, ਬਸ ਬਹੁਤ ਥੱਕ ਗਿਆ ਵਾਂ, ਮੈਂ ਇੱਥੇ ਹੀ ਐਂਡ ਕਰ ਦੇਣਾ ਵਲੋਗ ਨੂੰ, ਮੇਰੀ ਸ਼ਕਲ ਵੀ ਨਹੀਂ ਚੱਲ ਰਹੀ ਸਟੂਡੀਓ ਵੇਖੋ, ਮੈਂ ਇੰਨਾ ਜ਼ਿਆਦਾ ਥੱਕ ਚੁੱਕਾ, ਮੈਂ ਘਰ ਦੇ ਅੰਦਰ ਜਾ ਕੇ ਨਹੀਂ ਵਲੋਗ ਕਰ ਰਿਹਾ, ਮੈਂ ਸਮਾਨ ਕੱਢਦਾ ਇੱਦਾਂ ਹੀ ਸਟਰੀਟ ਲਾਈਟ ਥੱਲੇ ਵਲੋਗ ਕਰ ਰਿਹਾ। ਉਹ ਕਹਿੰਦੇ ਹੁੰਦੇ ਸੀ ਨਾ ਅਸੀਂ ਸਟਰੀਟ ਲਾਈਟ ਥੱਲੇ ਪੜ੍ਹਦੇ ਹੁੰਦੇ ਸੀਗੇ, ਮਿਹਨਤੀ ਸੀਗੇ ਬੱਚੇ, ਮੈਂ ਕਹਿੰਦਾ ਮੈਂ ਵੀ ਮਿਹਨਤੀ ਹਾਂ, ਬਸ ਸਟਰੀਟ ਲਾਈਟ ਥੱਲੇ ਵਲੋਗ ਕਰ ਰਿਹਾ। ਚਲੋ ਓਕੇ ਯਾਰ, ਥੈਂਕ ਯੂ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ, ਡੋਂਟ ਫੋਰਗੇਟ ਟੂ ਲਾਈਕ ਕਮੈਂਟ ਐਂਡ ਸਬਸਕ੍ਰਾਈਬ, ਹੋਪ ਤੁਹਾਨੂੰ ਵਧੀਆ ਲੱਗੀ ਹੋਊਗੀ ਵੀਡੀਓ। ਅਤੇ ਇਹ 'ਚ ਕੁਝ ਜ਼ਿਆਦਾ ਇਨਫੋਰਮੇਸ਼ਨ ਨਹੀਂ ਸੀ, ਮੈਨੂੰ ਵੀ ਥੋੜ੍ਹਾ ਬੋਰਡਮ ਜਿਹਾ ਲੱਗਿਆ ਵੀ ਵਲੋਗ 'ਚ ਕੁਛ ਖਾਸ ਕੀਤਾ ਨਹੀਂ, ਬਟ ਸੋਰੀ ਇਹੀ ਸੀਗਾ। ਐਕਚੁਅਲੀ ਬਹੁਤ ਲੰਬੀ ਡਰਾਈਵ ਸੀਗੀ, ਬਹੁਤ ਲੌਂਗ, ਯੂ ਨੋ 370 ਕਿਲੋਮੀਟਰ ਦੀ ਡਰਾਈਵ ਸੀਗੀ ਜਾਣਾ ਅਤੇ ਆਉਣਾ, ਅਤੇ 700 ਕਿਲੋਮੀਟਰ ਤੱਕ ਅਸੀਂ ਚਲਾ ਚੁੱਕੇ ਹਾਂ, ਤੁਹਾਨੂੰ ਪਤਾ ਹੀ ਆ ਚਾਰ ਚਾਰ ਜਗ੍ਹਾ ਮੈਂ ਇੱਕੋ ਨਾ ਹੁੰਦੀ ਸਾਰੀਆਂ ਜਾ ਜਾਂਦੀਆਂ। ਚਲੋ ਓਕੇ ਬਾਏ, ਮੈਂ ਥੱਕ ਚੁੱਕਾ ਹੁਣ, ਫਿਰ ਕੱਲ੍ਹ ਮਿਲਾਂਗੇ ਅਗਲੇ ਵਲੌਗ 'ਚ।